ਕੈਨੇਡਾ ਰਹਿੰਦੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਤੋਲੇਵਾਲ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀ। ਮ੍ਰਿਤਕ ਦੀ ਪਹਿਚਾਣ ਕੁਲਵਿੰਦਰ ਸਿੰਘ ਸੋਹੀ ਵਜੋਂ ਹੋਈ ਹੈ ਜੋ ਕਿ ਸਾਲ 2018 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਦੇ ਲਈ ਗਿਆ ਸੀ ਅਤੇ ਉੱਥੇ PR ਹੋ ਗਿਆ। ਇਸ ਦੌਰਾਨ ਮ੍ਰਿਤਕ ਕੁਲਵਿੰਦਰ ਕੈਨੇਡਾ ਦੇ ਵਿੱਚ ਪਲੰਬਰ ਦਾ ਕੰਮ ਕਰਦਾ ਸੀ। ਦੱਸ ਦਈਏ ਕਿ ਕੁਲਵਿੰਦਰ ਦਾ ਭਰਾ ਵੀ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ ਅਤੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ। ਕੁਲਵਿੰਦਰ ਦੇ ਘਰ ਦੇ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਲਾੜਾ ਬਣਨ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਹੈ। ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪਿੰਡ ਵਾਪਸ ਲਿਆਉਣ ਦੀ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਵੀ ਸਾਥ ਦੀ ਮੰਗ ਕੀਤੀ ਗਈ ਹੈ। ਮੱਲਾ ਬੀਚ 'ਤੇ ਸੁਣਸੁਣੀ ਜਗ੍ਹਾ 'ਤੇ ਬੁਲਾਇਆ ਗਿਆ। ਸੁਣੀ ਜਗ੍ਹਾ 'ਤੇ ਬੁਲਾਉਣ ਤੋਂ ਬਾਅਦ ਅਤੇ ਇਹਦਾ ਉੱਥੇ ਮੱਲਾ ਚਾਕੂ 'ਤੇ ਨਾਲ ਇਹਦਾ ਬਾਹਰ ਚਾਕੂ ਨਾਲ ਇਹਦਾ ਬਾਹਰ ਹੋਇਆ, ਚਾਕੂ ਦੇ ਬਾਹਰ ਹੋਇਆ। ਉਸ ਤੋਂ ਬਾਅਦ ਜਿਹੜਾ ਸਾਡਾ ਛੋਟਾ ਭਤੀਜਾ ਗੁਰਲੀਨ ਸਿੰਘ ਉਹ ਘਰ ਸੀ, ਉਹਦੇ ਕੋਲ ਮੱਲਾ ਉਹ ਕੰਮ ਤੋਂ ਲੇਟ ਆਇਆ ਸੀ, ਇਹ ਪਹਿਲਾਂ ਆ ਜਾਂਦਾ। ਉਹਨੇ ਉਹਦੇ ਆਉਂਦੇ ਨੂੰ ਪੁਲਿਸ ਘਰ ਆ ਗਈ ਅਤੇ ਉਹਨਾਂ ਨੇ ਦੱਸਿਆ ਵੀ ਤੇਰੇ ਭਰਾ 'ਤੇ ਚਾਕੂ ਨਾਲ ਬਾਹਰ ਹੋ ਗਿਆ। ਫਿਰ ਸਾਨੂੰ 2-3 ਘੰਟਿਆਂ ਬਾਅਦ ਸਾਡੇ ਰਿਸ਼ਤੇਦਾਰ 'ਚ ਫੋਨ ਆਇਆ ਵੀ ਇਹਦੀ IT ਸਪੋਟ ਡੈਥ ਹੋ ਗਈ ਸੀ। ਬਸ ਇਹਦਾ ਬਹੁਤ ਔਖਾ, ਬਹੁਤ ਛੋਟੇ ਛੋਟੇ ਦੇਖੇ ਨੇ ਪਾਲੇ ਦੇ ਅਤੇ ਬਹੁਤ ਔਖੇ ਭੇਜੇ, ਮਾਲੀ ਹਾਲਤ ਵੀ ਇੱਧਰੋਂ ਫੜ, ਪੈਸਾ ਇੱਧਰੋਂ ਫੜ, ਬਹੁਤ ਔਖੇ ਕੈਨੇਡਾ ਭੇਜੇ ਆਪਣੇ ਸੁਪਨੇ ਸਾਕਾਰ ਕਰਨ ਲਈ। ਹੁਣ ਬਹੁਤ ਸੈਟਿੰਗ 'ਤੇ ਪਰਮਾਤਮਾ ਦੀ ਕਿਰਪਾ 'ਤੇ ਹੁਣ ਤਾਂ, ਪਰ ਹੁਣ ਜਮੀ ਘਰੋਂ ਬੇਘਰ ਹੋ ਗਏ। ਅਸੀਂ ਸਰਕਾਰਾਂ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਡੀ ਮਦਦ ਕਰੀ ਜਾਵੇ ਬੱਚਾ ਲਿਆਉਣ ਦੇ ਵਿੱਚ ਅਤੇ ਹੋਰ ਜਿੰਨੀ ਕੁ ਹੋ ਸਕਦੀ ਆ। ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਉੱਧਰਲੀ ਸਰਕਾਰ ਨਾਲ ਕੰਟੈਕਟ ਕਰਕੇ ਜਲਦੀ ਤੋਂ ਜਲਦੀ ਲਾਸ਼ ਲੈ ਕੇ ਅਸੀਂ ਬੱਚੇ ਦਾ ਸੰਸਕਾਰ ਕਰ ਸਕੀਏ। ਅਸੀਂ ਤਾਂ ਕਾਤਲਾਂ ਨੂੰ ਕਹਿੰਦੇ ਹਾਂ ਵੀ ਕਾਤਲਾਂ ਨੂੰ ਪੰਜਾਬ 'ਚ ਲਿਆ ਕੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਵੀ ਜਿਹੜੇ ਬੱਚੇ ਨੂੰ ਫੋਨ ਕਰਿਆ ਜਿਹਨੇ, ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਫੋਨ ਕਰਿਆ, ਵੀ ਕੀ ਦੁਸ਼ਮਣੀ ਤੀ ਸਾਡੇ ਬੱਚੇ ਨਾਲ। ਤੁਸੀਂ ਕਿੱਥੇ ਮਰਜ਼ੀ ਪਤਾ ਕਰ ਲਓ ਪਿੰਡ ਦੇ ਹੋਰ, ਸਾਡਾ ਬੱਚਾ ਬਹੁਤ ਜ਼ਿਆਦਾ ਦੇਵਤਾ ਸੀ, ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਕੰਮ ਤੱਕ ਮਤ ਬਲਦੀ। ਕਿੰਨੇ ਸਾਲ ਹੋ ਗਏ ਤੇ ਇਹਨੂੰ? 4.5 ਸਾਲ ਹੋ ਗਏ ਤੇ ਜੀ। ਪਲੰਬਰ ਦਾ ਕੰਮ ਕਰਦਾ ਸੀ ਉੱਧਰ ਕੰਪਨੀ 'ਚ ਅਤੇ ਕੋਈ ਬਿੰਤੂ ਪਰੰਤੂ ਨਹੀਂ ਤੀ ਕਿਸੇ ਨਾਲ ਜੀ, ਜਮੀ ਪਤਾ ਨਹੀਂ ਮਨ ਦੇ ਵਿੱਚ ਕਿਸੇ ਦੇ ਕੀ ਪਾਪ ਆਇਆ। ਆ ਕੇ ਗਿਆ ਸੀ ਉਸ ਤੋਂ? ਹਾਂਜੀ, ਇੱਕ ਵਾਰੀ ਆਇਆ 15 ਦਿਨਾਂ ਵਿੱਚ ਦੀ ਆਇਆ ਸੀ, ਬਸ 4.5 ਸਾਲ 'ਚ 15 ਸਾਲ ਆਇਆ, 15 ਦਿਨਾਂ ਘਰ ਆਇਆ ਇੰਡੀਆ। ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਦੀ ਰਿਪੋਰਟ, ਔਨ ਏਅਰ।